ਬਸਿੰਦੇ ਤੋਂ ਜ਼ਿਲ੍ਹਾ ਜਲੰਧਰ। ਮੈਂ ਸਰਕਾਰ ਕੋਲੋਂ ਮੰਗ ਕਰਦਾ ਹਾਂ, ਲੰਬੜਦਾਰ ਜੀ, ਲੰਬੜਦਾਰ ਦਾ ਬੇਟਾ ਹੀ ਲੰਬੜਦਾਰ ਬਣਨਾ ਚਾਹੀਦਾ ਹੈ। ਪੜ੍ਹਿਆ ਲਿਖਿਆ ਹੋਵੇ, ਯੋਗਦਾਨ ਦੱਸ, ਪੜ੍ਹਿਆ ਜ਼ਰੂਰੀ ਚਾਹੀਦਾ ਜੀ, ਤਜਰਬੇਕਾਰ ਬੰਦਾ ਹੋਵੇ, ਬੇਦਾਗ ਹੋਵੇ। ਮਾਣ ਭੱਤੇ ਬਾਰੇ 1500 ਰੁਪਈਆ ਲੰਬੜਦਾਰਾਂ ਨਾਲ ਮਜ਼ਾਕ ਕੀਤੀ ਜਾਂਦੀ ਹੈ, ਘੱਟ ਤੋਂ ਘੱਟ 5000 ਰੁਪਈਆ ਮਹੀਨਾ। ਤਹਿਸੀਲ ਪੱਧਰ 'ਤੇ ਲੰਬੜਦਾਰ ਵਾਸਤੇ ਕਮਰੇ ਦੀ ਜ਼ਰੂਰਤ ਬਣਦੀ ਹੈ। ਮਾਣ ਤਹਿਸੀਲ ਲੰਬੜਦਾਰ ਦਾ ਪੂਰਾ ਹੋਣਾ ਚਾਹੀਦਾ ਤੇ ਜਾ ਕੇ। ਜ਼ਿਮੀਦਾਰ ਦੇ ਪੱਖ ਵਿੱਚ ਫਸਲਾਂ ਦੇ ਭਾਅ ਬਹੁਤ ਘੱਟ ਦਿੱਤੇ ਜਾਂਦੇ ਹੈ, ਆਰਥਿਕ ਕਮਜ਼ੋਰੀ ਹੋ ਰਹੀ ਹੈ, ਜ਼ਿਮੀਦਾਰ ਖੁਦਕੁਸ਼ੀਆਂ ਕਰਨ ਰਿਹਾ ਹੈ, ਇਹਨਾਂ ਵੱਲ ਧਿਆਨ ਦਿੱਤਾ ਜਾਵੇ। ਚਲੋ, ਫਸਲਾਂ ਦੇ ਕੀੜੇ ਮਾਰ ਵਾਸਤੇ ਦਵਾਈਆਂ ਵੀ ਵਧੀਆ ਦਵਾਈ ਤਿਆਰ ਕੀਤੀ ਜਾਵੇ, ਜੋ ਕਿ ਕਣਕ ਦੇ ਨਾਸ਼ਕ ਪਹਿਲਾਂ ਮਰੇ ਦਵਾਈਆਂ ਪਾਉਣ ਨਾਲ ਮਰੇ ਨਹੀਂ, ਵੱਧ ਖਰਚਾ ਹੋਇਆ ਜ਼ਿਮੀਦਾਰ ਦਾ, ਫਸਲਾਂ ਦੀ ਕਮਜ਼ੋਰੀ ਗਈ, ਬਹੁਤ ਘਾਟੇ ਵਾਲੀ ਸਮੇਂ ਦੀ ਗੱਲ ਹੈ।